ਮੀ ਟੂ ਅੰਦੋਲਨ ਵਿੱਚ 90% ਦੋਸ਼ ਝੂਠੇ। ਬਜ਼ੁਰਗ ਅਦਾਕਾਰ ਅਸਰਾਨੀ। ਮੈਂ ਵੀ ਸਭ ਮਹਿਲਾਓਂ ਕੇ ਸਾਥ ਹੂੰ ਜੋ ਮੁਝੇ ਪਿਆਰ ਕਰਤੀ ਹੈ। ਬਹੁਤ ਅੱਛੇ ਬਾਤ ਹੈ, ਤੋ ਮਹਿਲਾਓਂ ਕੇ ਸਾਥ ਹੋਣਾ ਹੀ ਚਾਹੀਏ। ਉਸਮੇ ਗਲਤ ਕਿਆ ਹੈ, ਗਲਤ ਕਿਆ ਹੈ? ਔਰ ਦੇਖੀਏ, ਇਹ ਸਭ ਬਕਵਾਸ ਹੈ। 90% ਝੂਠ ਛਪਤੇ, ਮੈਗਜ਼ੀਨ ਕੋ ਬੇਚਨੇ ਕੇ ਲੀਏ ਕਰਨਾ ਹੀ ਪੜਤਾ ਹੈ ਸਭ ਨਾਟਕ। ਇਹ ਸਭ ਨਾਟਕ ਹੈ ਔਰ ਕੁਛ ਨਹੀਂ। ਅਜੀ ਆਰੋਪ ਵਿਰੋਪ ਇਹ ਸਭ ਫਿਲਮੀ ਬਾਤੇਂ ਹੈ, ਇਨਕੋ ਸੀਰੀਅਸਲੀ ਮਤ ਲੀਜੀਏ। ਆਪ ਕਿਉਂ ਸੀਰੀਅਸ ਲੈ ਰਹੇ ਹੈ? ਇਸਕੋ ਮਤ ਲੀਜੀਏ, ਕੁਛ ਨਹੀਂ ਹੈ। ਇਹ ਹਮਕੋ ਆਪਣੀ ਪਿਕਚਰ ਕੋ ਬੇਚਨੇ ਕੇ ਲੀਏ ਸਾਰੇ ਨਾਟਕ ਕਰਨੇ ਪੜਤੇ ਹੈਂ, ਤਰ੍ਹਾਂ ਤਰ੍ਹਾਂ ਕੇ ਪੈਂਤਰੇ ਦਿਖਾਨੇ ਪੜਤੇ ਹੈਂ, ਤਭੀ ਤੋ ਆਡੀਅੰਸ ਆਏਗੀ। ਅਗਰ ਆਪ ਕਿਸੀ ਮੈਗਜ਼ੀਨ ਨੇ ਮਹਾਤਮਾ ਗਾਂਧੀ ਕੀ ਆਤਮਕਥਾ ਛਪਾ, ਉਹ ਕੋਈ ਨਹੀਂ ਪੜੇਗਾ। ਹਾਂ, ਆਪ ਮਾਧੁਰੀ ਦੀਕਸ਼ਿਤ ਕੀ ਆਤਮਕਥਾ ਮਧੂਬਾਲਾ ਕੇ ਛਪਾਓ, ਤੋ ਸਭ ਆਏਗੇ ਪੜ੍ਹਨੇ ਕੇ ਲੀਏ। ਐਸਾ ਹੀ ਹੈ, ਇਹ ਤੋ ਜਿਸ ਤਰ੍ਹਾਂ ਕਾ ਦੌਰ ਚੱਲ ਰਿਹਾ ਹੈ ਉਸਮੇ ਹਮ ਚਲਤੇ ਹੈ। ਅਰੇ ਯਾਰ, ਮਾਫ਼ ਕਰੋ, ਕਿਸ ਕਿਸ ਕਾ ਨਾਮ ਲੈ ਰਹੇ ਆਪ ਲੋਕ? ਆਰੋਪ ਤੋ ਜਵਾਹਰਲਾਲ ਨਹਿਰੂ ਪੇ ਵੀ ਲਗਾ ਥਾ, ਪਕੜ ਲਿਆ ਕਿਉਂ ਉਨਕੋ? ਨਹੀਂ ਪਕੜਾ। ਇਸ ਸਭ ਆਰੋਪ ਵਿਰੋਪ ਇਹ ਹਮਾਰੀ ਫਿਲਮੀ ਬਾਤੇਂ, ਇਸਮੇ ਡੋਂਟ ਟੇਕ ਇਟ ਸੀਰੀਅਸਲੀ।